ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਚੰਨਪੀ ਸਿੰਘ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਿ ਮੈਨੂੰ ਆਪ ਸਾਰੇ ਬਹੁਤ ਪਿਆਰ ਦੇ ਰਹੇ ਹੋ ਤੇ ਆਪਨੇ ਵਧੀਆ ਕਮੈਂਟ ਬਾਕਸ ਚ ਜਾਣਕਾਰੀਆਂ ਆਦੇ ਤਿਆਰਬੇ ਵਗੈਰਾ ਸਾਂਝੇ ਕਰ ਰਹੇ ਹੋ ਇਹ ਲਈ ਕਿਸਾਨ ਵੀਰੋ ਬਹੁਤ-ਬਹੁਤ ਧੰਨਵਾਦ ਤੇ ਹੁਣ ਜਿਵੇਂ ਆਪਾਂ ਨੂੰ ਪਤਾ ਹੀ ਕਿਸਾਨ ਵੀਰੋ ਜਿਹੜੀ ਹੈਗੀ ਐ ਕਣਕ ਦੀ ਬਜਾਈ ਕਈ ਮੇਰੇ ਕਿਸਾਨ ਵੀਰਾਂ ਨੇ ਕਰ ਲਈ ਐ ਤੇ ਜਿਹਦੇ ਕਰਕੇ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਜਿਹੜਾ ਗੁੱਲੀ ਡੰਡੇ ਲਈ ਜੜੀਆਂ ਹੈਗੀਆਂ ਬਜਾਈ ਦੇ ਸਮੇਂ ਆਪਾਂ ਕਿਹੜੀਆਂ ਸਪਰੇਆ ਤੇ ਕਿਹੜੇ ਢੰਗ ਨਾਲ ਕਰਨੀਆਂ ਵੀ ਜਿਹੜੇ ਆਪਾਂ ਗੁੱਲੀ ਡੰਡੇ ਦੇ ਪਹਿਲੇ ਲਾਉ ਨੂੰ ਕਾਬੂ ਕਰ ਸਕੀਏ ਤੇ ਅੱਜ ਇਸ ਦੀ ਇਸ ਵੀਡੀਓ ਚ ਕਿਸਾਨ ਵੀਰੋ ਆਪਾਂ ਗੱਲ ਕਰਾਂਗੇ ਵੀ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਕਿਹੜੀਆਂ ਨਦੀ ਨਾਸ਼ਕਾਂ ਨਾਲ ਜਿਹੜੇ ਹੈਗੇ ਨਦੀਨ ਕਾਬੂ ਹੇਠ ਰੱਖ ਸਕਦੇ ਆ ਤੇ ਲੀਡਰ ਦੀ ਵਰਤੋਂ ਲਈ ਕੁਝ ਜ਼ਰੂਰੀ ਸਾਵਧਾਨੀਆਂ ਤੇ ਕਿਹੜੇ ਹਿਸਾਬ ਨਾਲ ਕਿਸਾਨ ਵੀਰੋ ਕਰੀਏ ਕਿ ਜਿਹੜਾ ਆਪਾਂ ਨੂੰ ਵਧੀਆ ਰਿਜ਼ਲਟ ਮਿਲੇ ਤੇ ਨਦੀਨ ਜਿਹੜੇ ਹੈਗੇ ਆ ਪਹਿਲੇ ਪਾਣੀ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੇ ਆ ਕਾਬੂ ਕਰ ਲਈਏ ਸੋ ਕਿਸਾਨ ਵੀਰੋ ਜਿਹੜੇ ਮੇਰੇ ਕਿਸਾਨ ਵੀਰ ਨਵੇਂ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜਾ ਹੈਗਾ ਤੁਸੀਂ ਹਰ ਮੇਰੀ ਵੀਡੀਓ ਦੇਖ ਸਕੋ ਹੁਣ ਆਪਾਂ ਕਿਸਾਨ ਵੀਰੋਂ ਆਉੰਨੇ ਐ ਜਿਹੜੇ ਆਪਣਾ ਪਹਿਲੇ ਪਾਣੀ ਤੋਂ ਜਿਹੜੀਆਂ ਆਪਾਂ ਸਪਰੇਇਆਂ ਕਰਨੀਆਂ ਇਹਦੇ ਚ ਆਪਾਂ ਗੱਲ ਕਰੀਏ ਕਿਸਾਨ ਵੀਰੋ ਆਈਸੋਪ੍ਰੋਟਿਉਰਨ ਸਾਲਟ ਵਾਲੀਆਂ ਦਵਾਈਆਂ ਦੀ ਯਾਨੀ ਕਿ ਐਰੀਲੌਨ ਡੈਲਰੌਨ ਜਿਵੇਂ ਕਿ ਰੌਨਕ ਕਹ ਲੋ ਮਾਰਕਲੌਨ ਧਾਰ ਵਗੈਰਾ ਤੇ ਹੋਰ ਵੀ ਕਈ ਨਾਮਾਂ ਤੇ ਕਿਸਾਨ ਵੀਰੋ ਇਹ ਦਵਾਈ ਆਉਂਦੀ ਐ ਇਹਦੀ ਆਪਾਂ ਕਿਸਾਨ ਵੀਰੋ ਜੇਕਰ ਗੱਲ ਕਰੀਏ ਹਲਕੀਆਂ ਜ਼ਮੀਨਾਂ ਚ ਤਾਂ ਆਪਾਂ ਪਾਉਣੀ ਐ 300 ਗ੍ਰਾਮ ਪ੍ਰਤੀ ਕਿੱਲੇ ਦੀ ਜੇਕਰ ਆਪਣੀ ਜ਼ਮੀਨ ਦਰਮਿਆਨੀ ਹੈ ਤਾਂ ਆਪਾਂ 400 ਪਾਉਣੀ ਹੈ ਤੇ ਜੇਕਰ ਭਾਰੀ ਹੈ ਤਾਂ ਕਿਸਾਨ ਵੀਰੋ 500 ਗ੍ਰਾਮ ਜਿਹੜੀ ਪ੍ਰਤੀ ਕਿੱਲੇ ਦੀ ਆਪਾਂ ਜਿਹੜੀ ਹੈਗੀ ਇਹ ਦਵਾਈ ਛਿੜਕ ਕੇ ਜਿਹੜਾ ਨਦੀਨ ਨਾਸ਼ਕਾਂ ਨੂੰ ਕਾਬੂ ਕਰ ਸਕਦੇ ਹਾਂ ਕਿਸਾਨ ਵੀਰੋ ਕਈ ਜਗ੍ਹਾ ਤੇ ਆਈਸੋਪ੍ਰੋਟ੍ਰਿਓਨ ਜਿਹੜੀ ਹੈਗੀ ਇਹ ਦਵਾਈ ਅਸਰ ਘਟ ਕਰਦੀ ਹੈ ਤੇ ਉੱਥੇ ਕਿਰਪਾ ਕਰਕੇ ਤੁਸੀਂ ਇਹ ਦਵਾਈਆਂ ਨਾ ਵਰਤਿਓ ਉਹਦੇ ਲਈ ਅਗਲੀ ਵੀਡੀਓ 'ਚ ਮੈਂ ਹੋਰ ਵੀ ਦੱਸੂਗਾ ਤੇ ਜਿਹੜੇ ਹੈਗੇ ਆ ਪਹਿਲੇ ਪਣੀ ਤੋਂ ਬਾਅਦ ਜੇਕਰ ਨਦੀਨ ਹੁੰਦੇ ਆ ਤਾਂ ਆਪਾਂ ਕਿਹੜੀਆਂ ਦਵਾਈਆਂ ਵਰਤਣੀਆਂ ਆ ਚੌੜੇ ਪੱਤੇ ਵਾਲੀਆਂ ਜਿਹੜੀਆਂ ਨਦੀਨ ਹੈਗੇ ਉਹਨਾਂ ਲਈ ਕਿਹੜੀਆਂ ਵਰਤਨੀਆਂ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਆਪਦੇ ਦੱਸੂਗਾ ਕਿਸਾਨ ਵੀਰੋ ਤੇ ਇਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ ਕਿਸਾਨ ਵੀਰੋ ਜਿਹੜੀ ਲੀਡਰ ਦੀ ਸਪਰੇ ਆਪਾਂ ਜਿਹੜੀ ਹੈ ਕਰ ਸਕਦੇ ਆਂ ਤੇ ਲੀਡਰ ਦੀ ਜਿਹੜੀ ਸਪਰੇ ਆ ਕਿਸਾਨ ਵੀਰੋ ਆਪਾਂ 13 ਗ੍ਰਾਮ ਸਭ ਤੋਂ ਪਹਿਲਾਂ ਤਾਂ ਜਿਹੜੀ ਧਿਆਨ ਰੱਖਣ ਜੋ ਗੱਲ ਹੈ ਲੀਡਰ ਦੀ ਸਪਰੇ ਕਰਨ ਸਮੇ ਉਹ ਹੈਗੀ ਹੈ ਡੋਜ਼ ਕਿਸਾਨ ਵੀਰੋ ਜੇਕਰ ਇਹਦੀ ਡੋਜ਼ ਜ਼ਿਆਦਾ ਪੈ ਜਾਂਦੀ ਹੈ ਤਾਂ ਤੁਹਾਨੂੰ ਪਤਾ ਫਿਰ ਜਿਹੜੀ ਹੈਗੀ ਹੈ ਸਲਫੂ ਸਲਫਰ ਵਾਲੇ ਦੇ ਅੰਦਰ ਸਾਲਟ ਹੁੰਦਾ ਉਹਦੀ ਕਿਸਾਨ ਵੀਰੋ ਟਾਕਸਿਸਿਟੀ ਹੋ ਜਾਂਦੀ ਹੈ ਜਿਹਦੇ ਕਰਕੇ ਆਪੀ ਜਿਹੜੀ ਕਣਕ ਹੈ ਮੱਚ ਜਾਣੀ ਹੈਗੀ ਹੈ ਤੇ ਇਹਦੀ ਜਿਹੜੀ ਸਹੀ ਡੋਜ਼ ਹੈਗੀ ਹੈ ਕਿਸਾਨ ਵੀਰੋ 13 ਗ੍ਰਾਮ ਪ੍ਰਤੀ ਕਿੱਲੇ ਦੀ ਡੋਜ਼ ਹੁੰਦੀ ਹੈ ਤੇ ਨਾਲ ਇਹਦੇ ਤੁਹਾਨੂੰ ਸਰਫੈਕਟੈਂਟ ਮਿਲਦਾ ਜਿਹੜਾ ਆਪਾਂ ਮਿਲਾ ਕੇ ਸਪਰੇਅ ਕਰਨਾ ਹੁੰਦਾ ਤੇ ਕਿਸਾਨ ਵੀਰੋ ਇਹਦੇ ਚ ਜਿਹੜੀ ਮੇਨ ਸਾਵਧਾਨੀ ਵਰਤਣ ਦੀ ਲੋੜ ਹੈਗੀ ਹੈ ਉਹ ਇਹ ਹੈਗੀ ਹੈ ਜੇਕਰ ਆਪਾਂ ਕਣਕ ਦੇ ਨਾਲ ਸਰੋਂ ਰਾਇਆ ਜਾਂ ਛੋਲੇ ਵਗੈਰਾ ਇਹਦੇ ਨਾਲ ਮਿਕਸ ਕਰਕੇ ਵੀ ਜੇ ਆ ਕਣਕ ਦੇ ਵਿੱਚ ਰਲਾ ਕੇ ਤਾਂ ਕਿਸਾਨ ਵੀਰੋ ਉੱਥੇ ਜਿਹੜੀ ਹੈਗੀ ਆ ਆਪਾਂ ਇਹ ਸਪਰੇ ਨਹੀਂ ਕਰਨੀ ਜੇਕਰ ਆਪਾਂ ਇਹ ਕਰਦੇ ਆ ਤਾਂ ਉੱਥੇ ਜਿਹੜੀ ਹੈਗੀ ਹੈ ਇਹਨਾਂ ਨੂੰ ਜਿਹੜੀ ਹੈਗੀ ਇਹਨਾਂ ਫਸਲਾਂ ਨੂੰ ਕਿਸਾਨ ਵੀਰੋ ਨੁਕਸਾਨ ਪਾਊਗੀ ਪਹੁੰਚਾਊਗੀ ਜਿਹੜੀ ਲੀਡਰ ਦਵਾਈ ਹੈ ਕਿਉਂਕਿ ਇਹ ਜਿਹੜੇ ਚੌੜੇ ਪੱਤਿਆਂ ਵਾਲੀ ਤੇ ਜ਼ਿਆਦਾ ਅਸਰ ਜਿਹੜੀ ਹੈਗੀ ਹੈ ਦਿਖਾਉਂਦੀ ਹੈ ਕਿਸਾਨ ਵੀਰੋ ਤੇ ਇਹਦੇ ਨਾਲ ਇੱਕ ਗੱਲ ਹੋਰ ਧਿਆਨ ਚ ਹੈ ਵੀ ਜਿਹੜੇ ਕਈ ਮੇਰੇ ਕਿਸਾਨ ਵੀਰ ਕਹਿ ਦਿੰਦੇ ਆ ਵੀ ਇਸ ਜਿਹੜੀ ਲੀਡਰ ਦਾ ਸਾਨੂੰ ਪੂਰਾ ਵਧੀਆ ਰਿਜ਼ਲਟ ਨਹੀਂ ਮਿਲਦਾ। ਉਹ ਇਹ ਜੋ ਕਿਸਾਨ ਵੀਰੋ ਜਿਹੜੀ ਸਭ ਤੋਂ ਵੱਧ ਜਿਹੜੀ ਧਿਆਨ ਦੇਣ ਜੋ ਗੱਲ ਹੈਗੀ ਹੈ ਵੀ ਆਪਾਂ ਜਿਹੜੀ ਸਪਰੇਅ ਕਰਦੇ ਕਿਹੜੇ ਸਮੇਂ ਤੇ ਆ। ਇਹਦੇ ਜੇ ਕਿਸਾਨ ਵੀਰੋ ਆਪਾਂ ਕੀ ਕਰਨਾ ਵੀ ਪਹਿਲੇ ਪਾਣੀ ਤੋਂ 2 ਜਾਂ 3 ਦਿਨ ਪਹਿਲਾਂ ਜਿਹੜੀ ਇਹ ਸਪਰੇਅ ਕਰਨੀ ਹੈ। ਕਹਿ ਲਈਏ ਕਿ 20 ਦਿਨ ਦੀ ਫਸਲ ਤੇ ਆਪਾਂ ਜਿਹੜੀ ਹੈਗੀ ਹੈ ਦੀ ਕਿਸਾਨ ਵੀਰੋ ਜਿਹੜੀ ਹੈ ਸਪਰੇਅ ਕਰਨੀ ਹੈ ਤੇ ਸਪਰੇਅ ਵੇਲੇ ਜਿਹੜੇ ਹੈਗੇ ਆ ਜਾਂ ਆਪਾਂ ਲਾਲੀਏ ਵੀ ਜਿਹੜੇ ਨਦੀਨ ਹੈ ਕਿਸਾਨ ਵੀਰੋ 2 ਜਾਂ 3 ਤੋਂ ਵੱਧ ਪੱਤਿਆਂ ਦੀ ਸਟੇਜ ਨਹੀਂ ਹੋਣੀ ਚਾਹੀਦੀ ਨਦੀਨ ਜੇਕਰ ਇਦੋਂ ਵੱਡੇ ਨਦੀਨਾਂ ਤੇ ਆਪਾਂ ਕਿਸਾਨ ਵੀਰੋ ਕੋਈ ਵੀ ਸਪਰੇਅ ਕਰਦੇ ਆ ਨਦੀਨ ਨਾਸ਼ਕ ਤਾਂ ਉਹਦਾ ਜਿਹੜਾ ਰਿਜ਼ਲਟ ਨਹੀਂ ਮਿਲਦਾ ਵੀ ਜਿਹੜੇ ਨਦੀਨ ਹੈ ਆਪਣੇ ਜਲਦੀ ਮਰਦੇ ਨਹੀਂ ਫਿਰ ਆਪਣੇ ਕਿਸਾਨ ਵੀਰਾਂ ਚ ਨਮੋਸ਼ੀ ਆਉਂਦੀ ਹੈ ਕਿ ਜਿਹੜਾ ਹੈਗਾ ਨਦੀਨ ਨਸ਼ਕ ਨੇ ਅਸਰ ਨਹੀਂ ਕੀਤਾ ਪਰੰਤੂ ਕਿਸਾਨ ਵੀਰੋ ਜੇਕਰ ਸਭ ਤੋਂ ਬੈਸਟ ਜਿਹੜੀ ਹੈਗੀ ਹੈ ਸਟੇਜ ਹੈਗੀ ਹੈ ਆਪਣੀ ਵੀਡੀ ਸਾਈਡ ਜਾਂ ਨਦੀਨ ਨਸ਼ਕ ਕਰਨ ਦੀ ਉਹ ਹੈਗੀ ਹੈ ਜਦੋਂ ਦੋ ਤੋਂ ਤਿੰਨ ਪੱਤੇ ਹੋਣ ਕਿਸਾਨ ਵੀਰੋ ਨਦੀਨ ਦੇ ਜੇਕਰ ਇਸ ਤੋਂ ਵੱਡਾ ਹੁੰਦਾ ਤਾਂ ਉਹਨਾਂ ਅਸਰ ਆਪਾਂ ਨੂੰ ਨਹੀਂ ਦਿਖਾਉਗੀ। ਯਾ ਆਪਾਂ ਕਹਿ ਲਈਏ ਵੀ ਪਾਣੀ ਲਾਉਣ ਤੋਂ ਦੋ ਤਿੰਨ ਦਿਨ ਪਹਿਲਾਂ ਜਿਹੜੀ ਹੈਗੀ ਹੈ ਆਪਾਂ ਇਹ ਸਪਰੇਅ ਕਰਨੀ ਹੈ ਤੇ ਕਿਸਾਨ ਵੀਰੋ ਜਿਹੜਾ ਪਾਣੀ ਹੈ ਉਹ ਆਪਾਂ ਹਮੇਸ਼ਾ ਹਲਕਾ ਲਾਉਣਾ ਕਿਉਂਕਿ ਜੇਕਰ ਆਪਾਂ ਪਾਣੀ ਜ਼ਿਆਦਾ ਲਾ ਦਾਂਗੇ ਭਰ ਕੇ ਤਾਂ ਜਿਹੜਾ ਇਹ ਨਦੀਨ ਨਾਸ਼ਕ ਦਵਾਈ ਦਾ ਅਸਰ ਹੈਗਾ ਕਿਸਾਨ ਵੀਰੋ ਉਹ ਜਿਹੜਾ ਆਪਣਾ ਘਟ ਜਾਂਦਾ ਹੁਣ ਇੱਕ ਕਿਸਾਨ ਵੀਰੋ ਸਾਵਧਾਨੀ ਜਿਹੜੀ ਲੀਡਰ ਦਵਾਈ ਜਿਸ ਵਿੱਚ ਸਲਫੁਰ ਸਲਫਰਨ ਸాల్ਟ ਹੈਗਾ ਉਹਨੂੰ ਜਿਹੜੀ ਵਰਤਣ ਲਈ ਹੋਰ ਹੈਗੀ ਹੈ ਜਿਹੜੀ ਇੱਕ ਸਾਵਧਾਨੀ ਉਹ ਕਿਸਾਨ ਵੀਰੋ ਜਿੱਥੇ ਤੁਸੀਂ ਸੌਣੀ ਦੇ ਵਿੱਚ ਅੱਗੇ ਜਾ ਕੇ ਮੱਕ ਚਰੀ ਜਵਾਰੀਆਂ ਜੋ ਵੀ ਕਹਿ ਲਈਏ ਆਪਾਂ ਜੇਕਰ ਇਹ ਫਸਲਾਂ ਬੀਜਣੀਆਂ ਤਾਂ ਉੱਥੇ ਕਿਸਾਨ ਵੀਰੋ ਆਪਾਂ ਜਿਹੜੀ ਹੈਗੀ ਐ ਇਹ ਲੀਡਰ ਦੀ ਦਵਾਈ ਨਹੀਂ ਕਰਨੀ ਯਾਨੀ ਕਿ ਸਲਫੀਓ ਸਲਫਰਨ ਸਾਲਟ ਹੈ ਜਿਹੜਾ ਨਹੀਂ ਕਰਨਾ ਨਹੀਂ ਤਾਂ ਉਹ ਜਿਹੜੀਆਂ ਫਸਲਾਂ ਨੂੰ ਇਹ ਨੁਕਸਾਨ ਪਹੁੰਚਾਊਗੀ ਦਵਾਈ ਤੇ ਕਿਸਾਨ ਵੀਰੋ ਇਹਦੇ ਨਾਲ ਜਿਹੜੇ ਚੌੜੇ ਪੱਤੇ ਵਾਲੇ ਜਿੱਥੇ ਨਦੀਨ ਆਪਣੇ ਹੋ ਜਾਂਦੇ ਆ ਕਾਬੂ ਚ ਤੇ ਆਪਾਂ ਦੇਖੀਏ ਉੱਥੇ ਜਿਹੜੀ ਹੈਗੀ ਐ ਜਵੀ ਜੰਗਲੀ ਜਵੀ ਜਾਂ ਜੌਂਦਰ ਹੁੰਦੀ ਹੈ ਜਿਹੜੀ ਉਹਦਾ ਵੀ ਜਿਹੜਾ ਕਿਸਾਨ ਵੀਰੋ ਹੱਲ ਹੋ ਜੂ ਪਰ ਹੱਲ ਉਸੇ ਸਟੇਜ ਤੇ ਹੋਊ ਵੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਆਪਾਂ ਜਿਹੜੀ ਦਵਾਈ ਇਹ ਕਰਨੀ ਹੈ ਉਹ 20 ਦਿਨ ਦੀ ਫਸਲ ਤੇ ਜਾਂ ਕਹ ਲਈਏ ਜਿਹੜੇ 2 ਤੋਂ 3 ਪੱਤੇ ਦੀ ਸਟੇਜ ਤੇ ਹੈਗੀ ਹੈ ਕਰਨੀ ਹੈ ਕਿਸਾਨ ਵੀਰੋ ਤੇ ਜਿਹੜੇ ਇਹਦੇ ਵਿੱਚ ਆਪਾਂ ਪਾਣੀ ਵਰਤਣਾ ਹੈਗਾ 13 ਗ੍ਰਾਮ ਜਿਵੇਂ ਆਪਾਂ ਜਿਹੜੀ ਦਵਾਈ ਪਾਉਣੀ ਹੈ ਇਹ ਤੇ ਜਿਹੜਾ ਪਾਣੀ ਦੀ ਮਾਤਰਾ ਵਰਤਣੀ ਹੈ ਕਿਸਾਨ ਵੀਰੋ ਉਹ ਆਪਾਂ ਜਿਵੇਂ ਮੈਂ ਤੁਹਾਨੂੰ ਐਰੀਲੋਨ ਡਾਇਲੋਨ ਵਗੈਰਾ ਚ ਮੈਂ ਤੁਹਾਨੂੰ ਦੱਸਿਆ ਵੀ 150 ਲੀਟਰ ਪ੍ਰਤੀ ਏਕੜ ਦਾ ਐਰੀਲੋਨ ਆਈਸੋਪ੍ਰੋਟੀਮ ਦੀਆਂ ਜਿਹੜੀਆਂ ਹੈਗੀਆਂ ਆਪਣੀਆਂ ਜਿਹੜੀਆਂ ਨਦੀਨਾਸ਼ਕਾਂ ਉਹਨਾਂ ਦੇ ਵਿੱਚ ਆਪਾਂ 150 ਲੀਟਰ ਪ੍ਰਤੀ ਕਿੱਲੇ ਦਾ ਜਿਹੜਾ ਹੈਗਾ ਪਾਣੀ ਵਰਤਣਾ ਤੇ ਇਹ ਸੀ ਕਿਸਾਨ ਵੀਰੋ ਲੀਡਰ ਦਵਾਈ ਲਈ ਜਿਹੜੀਆਂ ਖਾਸ ਸਾਵਧਾਨੀਆਂ ਆਪਾਂ ਜਿਹੜੀਆਂ ਖਿਆਲ ਚ ਰੱਖਣੀਆਂ ਵੀ ਜੇਕਰ ਆਪਾਂ ਸਰੋਂ ਦੀਆਂ ਆਂ ਡਾਂ ਕੱਢਣੀ ਕੱਡੀਆਂ ਹੋਈਆਂ ਕਣਕ ਦੇ ਵਿੱਚ ਤਾਂ ਆਪਾਂ ਇਹ ਛੋਲੇ ਵੀ ਜੇ ਇਹ ਰਾਇਰ ਲਾਇਆ ਹੋਇਆ ਵਿੱਚ ਤਾਂ ਕਿਰਪਾ ਕਰਕੇ ਦਵਾਈ ਨਹੀਂ ਕਰਨੀ ਨਹੀਂ ਤਾਂ ਇਹ ਫਸਲਾਂ ਨੂੰ ਨੁਕਸਾਨ ਪਹੁੰਚਾਊਗੀ ਤੇ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਜੇਕਰ ਕਿਸੇ ਦਾ ਕੋਈ ਹੋਰ ਸੁਝਾਅ ਜਾਂ ਕੋਈ ਤਜਰਬਾ ਹੈਗਾ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਸਾਂਝਾ ਕਰਿਓ ਤੇ ਕਿਰਪਾ ਕਰਕੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਉਤਸ਼ਾਹ ਵੀ ਕਰਦਿਆ ਕਰੋ ਕਿਸਾਨ ਵੀਰ ਉਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੀ ਹੈ ਹੋਰ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਇਹ ਜਿਹੜੀ ਹੈਗੀ ਹੈ ਇਸ ਬਾਰੇ ਜਾਣਕਾਰੀ ਜਿਹੜੀ ਹੈਗੀ ਆਪਾਂ ਸਾਂਝੀ ਕਰ ਸਕੀਏ ਧੰਨਵਾਦ ਕਿਸਾਨ ਵੀਰੋ